ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਦੋ ਪ੍ਰਵਾਸੀ ਸਵੇਰੇ ਟ੍ਰੇਨ ਤੋਂ ਉੱਤਰ ਕੇ ਫਲੋਰ ਬੱਸ ਸਟੈਂਡ ਨੂੰ ਜਾ ਰਹੇ ਪਿੱਛੋਂ ਆ ਰਹੇ ਤਿੰਨ ਪੈਦਲ ਨੌਜਵਾਨਾਂ ਨੇ ਤੇਜ਼ ਹਥਿਆਰਾਂ ਨਾਲ ਸੌਰਵ ਅਤੇ ਉਸ ਦੇ ਸਾਥੀ ਤੇ ਹਮਲਾ ਕਰ ਦਿੱਤਾ। ਉਹਨਾਂ ਕੋਲੋਂ Oppo ਦਾ ਫੋਨ ਜਿਸ ਦੀ ਕੀਮਤ 14 ਤੋਂ 15 ਹਜ਼ਾਰ ਦੇ ਕਰੀਬ ਅਤੇ 4 ਤੋਂ 5 ਹਜ਼ਾਰ ਰੁਪਏ ਕੈਸ਼ ਖੋ ਕੇ ਫਰਾਰ ਹੋ ਗਏ। ਉਹਨਾਂ ਨੇ ਕਾਫੀ ਰੌਲਾ ਪਾਇਆ ਪਰ ਉਹਨਾਂ ਨੇ ਦੱਸਿਆ ਕਿ ਲੁਟੇਰਿਆਂ ਤੋਂ ਡਰਦੇ ਕੋਲ ਖੜੇ ਲੋਕਾਂ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਅਤੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਗਏ। ਉਹਨਾਂ ਨੇ ਇਸ ਸੂਚਨਾ ਥਾਣਾ ਫਲੋਰ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚੇ ASI ਜਸਵਿੰਦਰ ਅਤੇ ASI ਵਿਜੇ ਕੁਮਾਰ ਨੇ ਬਿਆਨ ਨੋਟ ਕੀਤੇ। ਜਦੋਂ ਮੀਡੀਆ ਨੇ ਉਹਨਾਂ ਨਾਲ ਇਸ ਸੰਬੰਧ ਵਿੱਚ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੋਲ ਕੋਈ ਵੀ ਪੁਖਤਾ ਜਵਾਬ ਨਹੀਂ ਮਿਲਿਆ ਅਤੇ ਮੀਡੀਆ ਨਾਲ ਗੱਲਬਾਤ ਕਰਨ ਤੇ ਗੁਰੇਜ ਕੀਤਾ ਗਿਆ। ਫਲੋਰ ਤੋਂ ਰਾਜਕੁਮਾਰ ਨੰਗਲ ਤੇ ਵਿਜੇ ਮਾਨ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। हम सौरभ है, मैं मुजफ्फरनगर से आ रहा से यूपी तो हाँ। अपने यहाँ से ही चाचा काम करते हैं ओड इतने हाँ। हम पांच वाली ट्रेन तो उतरे हाँ। तो हम बस के लिए जा रहे थे बस स्टैंड थे हाँ। तो हम जैसे ही जा रहे थे पीछे से तीन लड़के आए हाँ। और सानू छीना झपटी करन लगे कि लाओ दे तुसी कोल किया असी हाथ छुड़ाया उन्हें दो कोल उन्होंने दादू कड़िया साडे मारिया और पैसे छिनते साडे भरा दा मोबाइल भी छिनता फिर बंदे भी आए किन्ने बने सी तीन बंदे सीगे कितने पैसे सी कितना मोबाइल का क्या मोबाइल ओप्पो दा सीगा किन्ने दा सीगा वो 13-14 हज़ार दा 13 पैसे कैश कितना था 4-4 हज़ार रुपए सी 4-4.5 क्या मारा आपने दा मारा सी दा दांत मारा हां जी। Thank you.